ਭੈਣੋ ਮਤਾਓ ਤੇ ਬੱਚਿਓ ਫਤਿਹ ਅਰਜ ਕਰਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੀ ਬੇਨਤੀ ਹੈ ਬਈ ਸਾਰੇ ਮੇਰੀ ਗੱਲ ਵੱਲ ਧਿਆਨ ਦਿਓ, ਹੁਣ ਸ਼ੁਗਲ ਤਾਂ ਬਥੇਰਾ ਹੋ ਗਿਆ। ਇਹ ਘੜੀ ਸ਼ੁਗਲ ਦੀ ਨਹੀਂ ਹੈਗੀ, ਮੈਂ ਇਹ ਤਾਂ ਨਹੀਂ ਚਾਹੁੰਦੀ ਬਈ ਤੁਸੀਂ ਕੀਰਨੇ ਪਾ ਕੇ ਜੀਓ, ਪਰ ਚੜ੍ਹਦੀ ਕਲਾ ਦੇ ਵਿੱਚ ਜੀਓ। ਤੁਸੀਂ ਇਹ ਵੀ ਦੇਖੋ ਵੀ ਸਾਡੀ ਐਨਰਜੀ ਕਿੰਨੀ ਵੇਸਟ ਹੋ ਰਹੀ ਆ, ਸਾਡਾ ਇਸ ਸੰਘਰਸ਼ ਦੇ ਉੱਤੇ ਖਰਚਾ ਕਿੰਨਾ ਆ ਰਿਹਾ, ਸਾਡਾ ਨੁਕਸਾਨ ਕਿੰਨਾ ਹੋ ਰਿਹਾ। ਜਿਹੜੀਆਂ ਕੌਮਾਂ ਜਿਹੜੇ ਸੰਘਰਸ਼ਾਂ ਦੇ ਆਗੂ ਇਸ ਚੀਜ਼ ਦਾ ਧਿਆਨ ਨਹੀਂ ਰੱਖਦੇ, ਉਹ ਬਹੁਤ ਵੱਡਾ ਨੁਕਸਾਨ ਕਰਵਾ ਲੈਂਦੇ ਹੁੰਦੇ ਨੇ। ਅੱਜ ਗੱਲ ਜਾਪਤੇ ਦੀ ਹੋ ਰਹੀ ਹੈ ਅਤੇ ਤੁਸੀਂ ਸਭ ਤੋਂ ਪਹਿਲੇ ਜਾਪਤੇ 'ਚ ਰਹਿਣਾ। ਜੋ ਤੁਹਾਡੇ ਕਿਸਾਨ ਆਗੂ ਇਹ ਗੱਲ ਕਹਿ ਰਹੇ ਬਾਰ ਬਾਰ ਕਿ ਤੁਸੀਂ ਪੀਸਫੁੱਲ ਰੱਖਣਾ, ਤੁਸੀਂ ਜਾਪਤੇ 'ਚ ਰਹਿਣਾ, ਉਹ ਗੱਲ ਤੁਸੀਂ ਉਹਨੂੰ ਤੁਸੀਂ 100% ਉਹਨਾਂ ਨੂੰ ਭਰੋਸਾ ਦਿਵਾਉਣਾ। ਦੂਜੀ ਗੱਲ ਜਿਹੜੀ ਮੈਂ ਕਹਿਣੀ ਹੈ ਉਹ ਇਹ ਹੈਗੀ ਆ ਬਈ ਸੰਘਰਸ਼ਾਂ ਦੀ ਕਾਮਯਾਬੀ ਉਹਨਾਂ ਦੇ ਕਰਮ ਕਦਮ ਚੁੰਬਦੀ ਹੈ ਜਿਹੜੇ ਲੋਕ ਕਮਿਟਡ ਹੁੰਦੇ ਨੇ, ਜਿਹੜੇ ਲੋਕ ਬੀਤੇ ਆਪਣੇ ਇਤਿਹਾਸ ਤੋਂ ਕੋਈ ਸਬਕ ਸਿੱਖਿਆ ਹੁੰਦਾ ਜਿਹੜਾ ਨੇ, ਜਿਹੜੇ ਨਫ਼ਾ ਅਤੇ ਨੁਕਸਾਨ ਮੱਦੇ ਨਜ਼ਰ ਰੱਖ ਕੇ ਲੜਾਈਆਂ ਲੜਦੇ ਨੇ। ਤੁਸੀਂ ਸਭ ਤੋਂ ਪਹਿਲਾਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਤੁਹਾਡਾ ਖਰਚਾ ਕਿੰਨਾ ਹੋਇਆ ਅਤੇ ਤੁਹਾਡੀ ਪ੍ਰਾਪਤੀ ਕੀ ਹੈ। ਅਸੀਂ ਵੱਡੀਆਂ ਪ੍ਰਾਪਤੀਆਂ ਝੋਲੀ 'ਚ ਪਾਉਣੀਆਂ ਨੇ, ਨਾ ਕਿ ਅਸੀਂ ਇੱਥੋਂ ਗੀਤ ਸੁਣ ਕੇ ਵੱਡੇ ਵੱਡੇ ਲੈਕਚਰ ਸੁਣ ਕੇ ਘਰਾਂ ਨੂੰ ਜਾਣਾ। ਸਾਨੂੰ ਚਾਹੀਦਾ ਤਾਂ ਇਹ ਹੈ ਬਈ ਅਸੀਂ ਇਹ ਦੇਖੀਏ ਵੀ ਸਾਡੀ ਕੱਲ੍ਹ ਦੇ ਸੰਘਰਸ਼ ਦੇ ਵਿੱਚ, ਕੱਲ੍ਹ ਦੇ ਮਾਰਚ ਦੇ ਵਿੱਚ ਸਾਨੂੰ ਪ੍ਰਾਪਤੀ ਕੀ ਹੋਣ ਵਾਲੀ ਹੈ। ਉਹਦੇ ਵਾਸਤੇ ਸਾਰਾ ਧਿਆਨ ਕੇਂਦਰਿਤ ਰੱਖਣਾ ਅਤੇ ਹੁੱਲੜਬਾਜ਼ੀ ਤੋਂ ਵੀ ਬਚਣਾ। ਅਤੇ ਮੇਰੀਆਂ ਭੈਣਾਂ ਨੂੰ ਮਾਤਾਵਾਂ ਨੂੰ ਜਿਵੇਂ ਮਾਣ ਸਤਿਕਾਰ ਮਿਲਿਆ ਕਿ ਉਹਨਾਂ ਨੂੰ ਤੁਸੀਂ ਅੱਗੇ ਲਾ ਕੇ ਇਹਨਾਂ ਨੇ ਤੁਰਨਾ ਅਤੇ ਉਸੇ ਹਿਸਾਬ ਨਾਲ ਆਪਣਾ ਮਾਣ ਸਤਿਕਾਰ ਜਿਹੜਾ ਬਹਾਲ ਰੱਖਣਾ। ਕੁਰਬਾਨੀਆਂ ਜਿੰਨੀਆਂ ਵੀ ਹੋਣ, ਕੁਰਬਾਨੀਆਂ ਦਾ ਹਿਸਾਬ ਕਿਤਾਬ ਵੀ ਤਾਂ ਹੀ ਹੁੰਦਾ ਜੇ ਸਾਡੇ ਸੰਘਰਸ਼ਾਂ ਦੀ ਕਾਮਯਾਬੀ ਵਾਲੇ ਪਾਸੇ ਅਸੀਂ ਕਦਮ ਦਰ ਕਦਮ ਅੱਗੇ ਵਧੀਏ। ਅਤੇ ਜੇ ਅਸੀਂ ਇੱਕ ਕਦਮ ਅੱਗੇ ਅਤੇ ਇੱਕ ਕਦਮ ਪਿੱਛੇ ਰੱਖਾਂਗੇ ਤਾਂ ਗੱਲ ਨਹੀਂ ਬਣਨੀ। ਸੋ ਇਸ ਕਰਕੇ ਅਸੀਂ ਇਹ ਵੀ ਦੇਖਣਾ ਵੀ ਇਸ ਸੰਘਰਸ਼ ਦੇ ਵਿੱਚ ਸਾਡਾ ਨੁਕਸਾਨ ਜਾਨੀ ਅਤੇ ਮਾਲੀ ਕਿੰਨਾ ਹੋ ਗਿਆ, ਉਹਦੀ ਭਰਪਾਈ ਵੀ ਕਰਾਉਣੀ ਹੈ। 3 ਕਾਲੇ ਕਾਨੂੰਨ ਵੀ ਅਸੀਂ ਰੱਦ ਕਰਾਉਣੇ ਨੇ। ਅਸੀਂ ਇੱਕ ਨਵਾਂ ਇਤਿਹਾਸ ਸਿਰਜਣਾ, ਨਵਾਂ ਪੰਜਾਬ ਅਤੇ ਹਰਿਆਣਾ, ਨਵਾਂ ਕਾਮਯਾਬੀਆਂ ਅਤੇ ਨਵੇਂ ਸਾਰੀਆਂ ਪ੍ਰਾਪਤੀਆਂ ਅਤੇ ਨਵਾਂ ਸਾਰਾ ਕੁਝ ਅਸੀਂ ਸਿਰਜਣਾ। ਇਸ ਕਰਕੇ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਹੈ ਅਤੇ ਕਾਮਯਾਬੀ ਵਾਲੇ ਪਾਸੇ ਧਿਆਨ ਰੱਖਣਾ। ਗਾਂ ਕੂਤਰਾਂਗ ਪਿੱਛਾ ਫੇਰ ਨਾ ਮੋਹੜੜਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ।